ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ KCGC TV ਤੇ। ਦਰਸ਼ਕੋ, ਖਾਲਸਾ ਕਾਲਜ ਦੇ ਵਿੱਚ ਨਿੱਤ ਨਵੀਂ ਉਪਲਬਧੀ ਜਿਹੜੀ ਹੈ ਉਹ ਜਨਮ ਲੈਂਦੀ ਹੈ, ਹਾਸਲ ਹੁੰਦੀ ਹੈ, ਤੇ ਇਹਦੇ ਵਿੱਚ ਬਹੁਤ ਸਾਰਾ ਜਿਹੜਾ ਇਹਦਾ ਸ਼੍ਰੇਅ ਹੈ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਸਰਦਾਰ ਮਹਿਲ ਸਿੰਘ ਜੀ ਨੂੰ ਜਾਂਦਾ ਹੈ। ਤੇ ਅੱਜ ਜਿਸ ਉਪਲਬਧੀ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਜੀ, ਸਭ ਤੋਂ ਪਹਿਲਾਂ ਤੇ ਤੁਹਾਨੂੰ ਸਭ ਨੂੰ ਮੁਬਾਰਕ, ਖਾਲਸਾ ਕਾਲਜ ਨੂੰ ਮੁਬਾਰਕ, ਉਹ ਹੈ ਜੀ ਖਾਲਸਾ ਕਾਲਜ ਦੇ ਸਭ ਤੋਂ ਵੱਡੇ ਡਿਪਾਰਟਮੈਂਟ ਐਗਰੀਕਲਚਰ ਡਿਪਾਰਟਮੈਂਟ ਨੂੰ ICR ਦੀ ਮਾਨਤਾ ਮਿਲਣੀ। ਤੇ ਇਸ ਵਕਤ ਮੇਰੇ ਨਾਲ ਨੇ ਸਾਡੇ ਪ੍ਰਿੰਸੀਪਲ ਸਰ, ਸਭ ਤੋਂ ਪਹਿਲਾਂ ਤੇ ਸਰ ਦਾ ਸਵਾਗਤ ਕਰਦੇ ਹਾਂ ਸਰ। ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਮੁਬਾਰਕ ਸਰ ਕਿ ਸਾਨੂੰ ICR ਦੀ ਜਿਹੜੀ ਹੈ ਮਾਨਤਾ ਮਿਲ ਗਈ ਹੈ। ਤੇ ਅਸੀਂ ਸਭ ਤੋਂ ਪਹਿਲਾਂ ਆਪਣੇ ਸਟੂਡੈਂਟਸ ਨੂੰ, ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ICR ਹੈ ਕੀ ਹੈ। ਸਭ ਤੋਂ ਪਹਿਲਾਂ ਤਾਂ KCGC TV ਦੇਖ ਰਹੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਖਾਲਸਾ ਕਾਲਜ ਵੱਲੋਂ ਸਤਿ ਸ੍ਰੀ ਅਕਾਲ। ICR ਦੀ ਫੁੱਲ ਫੋਰਮ ਹੈ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ, ਨਵੀਂ ਦਿੱਲੀ। ਮੈਂ ਜੀ ਥੋੜ੍ਹਾ ਬੈਕਗਰਾਊਂਡ 'ਚ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਐਗਰੀਕਲਚਰ ਦੀ ਪੜ੍ਹਾਈ ਸੰਬੰਧੀ ਪੰਜਾਬ 'ਚ PTU ਨੇ ਵੀ ਆਪਦੇ ਕਾਲਜਾਂ ਨੂੰ ਅਫੀਲੀਏਸ਼ਨ ਦੇ ਦਿੱਤੀ, ਅਤੇ ਇਹ ਲੱਗਾ ਵੀ ਇੱਕਦਮ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਕਸਪਰਟ ਨੂੰ ਜਾਂ ਓਵਰਆਲ ਜਿਹੜੇ ਐਗਰੀਕਲਚਰ ਦੇ ਸਾਇੰਟਿਸਟ ਸੀ, ਵੀ ਇਹਦੇ ਨਾਲ ਐਗਰੀਕਲਚਰ ਦਾ ਡਿਗਰੀ ਦਾ ਉਹ ਸਟੈਂਡਰਡ ਸ਼ਾਇਦ ਨਾ ਰਹੇ, ਇਹਦਾ ਕੋਈ ਮੈਕਾਨਿਜ਼ਮ, ਇਹਦੇ ਕੋਈ ਰੂਲ ਐਂਡ ਰੈਗੂਲੇਸ਼ਨ ਬਣਨੇ ਚਾਹੀਦੇ। ਸਭ ਤੋਂ ਪਹਿਲਾਂ ਪੰਜਾਬ ਐਗਰੀਕਲਚਰ ਕੌਂਸਲ ਫਾਰ ਐਗਰੀਕਲਚਰ ਐਜੂਕੇਸ਼ਨ ਬਣੀ, ਵੀ ਸਾਡੀ ਅਪਰੂਵਲ ਲੈਣੀ ਲਾਜ਼ਮੀ ਹੈ ਜੀ, ਅਤੇ ਉਹ ਅਸੀਂ ਉਹਨਾਂ ਦੀ ਐਕਰੀਡੇਸ਼ਨ ਲਈ ਅਪਲਾਈ ਕੀਤਾ, ਅਤੇ ਸਾਨੂੰ ਸਭ ਤੋਂ ਪਹਿਲਾਂ ਸਾਡਾ ਕਾਲਜ ਸੀ ਜਿਹੜੀ ਅਸੀਂ ਪੰਜਾਬ ਐਗਰੀਕਲਚਰ ਕੌਂਸਲ ਫਾਰ ਐਗਰੀਕਲਚਰ ਐਜੂਕੇਸ਼ਨ ਤੋਂ ਐਕਰੀਡੇਸ਼ਨ ਲਈ। ਫਿਰ ਜਿਹੜੀ ਇੰਡੀਅਨ ਐਗਰੀਕਲਚਰ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਆ, ਇਹ ਵੈਸੇ 2017 'ਚ ਇਹਨੇ ਐਕਰੀਡੇਸ਼ਨ ਸ਼ੁਰੂ ਕੀਤੀ ਕਾਲਜਾਂ ਦੀ। ਇਹ ਦੇ ਕਾਲਜਾਂ ਨੂੰ ਵੀ ਜਿਸ ਤਰ੍ਹਾਂ ਜਿਹੜੇ PTU ਦੇ ਕਾਲਜ ਨੇ, ਇੰਜੀਨੀਅਰਿੰਗ ਦੇ ਕਾਲਜ ਨੇ, ਇਹ ਸਾਰਿਆਂ ਨੂੰ AICT ਤੋਂ ਪ੍ਰਵਾਨਗੀ ਲੈਣੀ ਪੈਂਦੀ ਹੈ। ਜਿਹੜੇ BEd ਦੇ ਕਾਲਜ ਨੇ ਇਹਨਾਂ ਨੂੰ ਮਤਲਬ NCERT ਤੋਂ ਪ੍ਰਵਾਨਗੀ ਲੈਣੀ ਪੈਂਦੀ ਆ, ਸਾਡੇ ਡਿਗਰੀ ਕਾਲਜ UGC ਤੋਂ ਹੁੰਦੇ। ਇਹ ਮਤਲਬ ਜਿਹੜੀ ਮੇਨ ਐਗਰੀਕਲਚਰ ਐਜੂਕੇਸ਼ਨ ਦੀ ਮਗਰ ਸਾਰੇ ਦਾ ਡਾਇਰੈਕਟੋਰੇਟ ਆ ਜਿਹਦਾ ਜਿਹੜਾ ਰੂਲ ਐਂਡ ਰੈਗੂਲੇਸ਼ਨ ਆ, ਇਹ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਨਵੀਂ ਦਿੱਲੀ, ਉਹਦੇ ਆਪਣੇ ਵੀ ਸੈਂਟਰ ਨੇ ਐਜੂਕੇਸ਼ਨ ਦੇ। ਔਰ ਸਾਡੀ PAU ਜਿਵੇਂ ਸਾਰੀ ਮਤਲਬ ਵੀ ਇਹ ਸਾਰੀ ਇੱਕ ਰਿਸਰਚ ਡਿਗਰੀ ਪ੍ਰੋਗਰਾਮ ਕਰਵਾਉਣ ਵਾਲੀ ਜਿਹੜੀ ICR ਦੇ ਮਿਆਰ ਮੁਤਾਬਕ ਚੱਲਣ ਵਾਲੀ ਯੂਨੀਵਰਸਿਟੀ ਹੈ, ਅਤੇ ਇਹਦੇ ਵਿੱਚ ਦਿੱਕਤ ਇਹ ਆਉਂਦੀ ਸੀ ਵੀ ਜਦੋਂ ਸਾਡੇ ਬੱਚੇ ਡਿਗਰੀ ਕਰਕੇ ਨਿਕਲਦੇ ਸੀ ਅਤੇ ਜਿਹੜੇ ICR ਅਪਰੂਵਡ ਐਕਰੀਡੇਟਡ ਇੰਸਟੀਚਿਊਟ ਪੰਜਾਬ ਤੋਂ ਬਾਹਰ ਸੀ, ਸਾਡੇ ਬੱਚਿਆਂ ਨੂੰ ਥੋੜ੍ਹਾ ਜਿਹਾ ਜਿਵੇਂ ਸੈਕੰਡਰੀ ਵੇਖਿਆ ਜਾਂਦਾ ਸੀ ਵੀ ਇਹ ਖਾਲਸਾ ਕਾਲਜ 'ਚੋਂ ਡਿਗਰੀ ਕਰਕੇ ਆਏ ਐਗਰੀਕਲਚਰ ਦੀ, ਅਤੇ ਇਹਨਾਂ ਕੋਲ ICR ਦੀ ਅਪਰੂਵਲ ਨਹੀਂ। ਫਿਰ ਸਾਨੂੰ ਇਹ ਇਸ ਗੱਲ ਦੀ ਚਿੰਤਾ ਵੀ ਸੀ ਵੀ ਸਾਡੇ ਬੱਚਿਆਂ ਨੂੰ ਇਹ ਦਿੱਕਤ ਮੁਸ਼ਕਲ ਨਹੀਂ ਆਉਣੀ ਚਾਹੀਦੀ। ਫਿਰ ਇਹਦੇ 'ਚ ਅਸੀਂ ਫਿਰ ਅਪਲਾਈ ਕੀਤਾ ਔਰ ਉਹ ਸਾਡੇ ਕੋਲ ਨਵੰਬਰ 'ਚ ਟੀਮ ਆਈ,
ਤੇ ਉਹ ਫਿਰ ਮਤਲਬ 8 ਤਰੀਕ ਨੂੰ ਜਿਹੜੀ 8 ਫਰਵਰੀ ਨੂੰ ਮੀਟਿੰਗ ਹੋਈ ਉਹਦੇ 'ਚ ਸਾਨੂੰ ਐਕਰੀਡੇਸ਼ਨ ਹੋ ਗਈ। ਸਰ ਜਿੱਦਾਂ ਤੁਸੀਂ ਦੱਸਿਆ ਵੀ ਕਿ ਇਹਦੀ ਜ਼ਰੂਰਤ ਜਿਹੜੀ ਸੀ ਇੱਕ ਤਾਂ ਸਟੂਡੈਂਟਸ ਦੇ, ਇਸ ਤੋਂ ਇਲਾਵਾ ਵੀ ਇਹਦਾ ਕੋਈ ਹੋਰ ਵੀ ਮਤਲਬ ਕਾਰਨ ਸੀ, ਅਤੇ ਇੱਕ ਇਸ ਤੋਂ ਨਾਲ ਦਾ ਹੀ ਕੁਐਸਚਨ ਕਿ ਇਹਦੇ ਲਈ ਮਿਆਰ ਕੀ ਨੇ? ਇਹਦਾ ਹੋਰ ਕਾਰਨ ਇਹ ਸੀ ਵੀ ਹੁਣ ਸਾਡਾ ਐਗਰੀਕਲਚਰ ਡਿਪਾਰਟਮੈਂਟ ਜਿਹੜਾ ICAR ਨਾਲ ਜੁੜ ਗਿਆ, ਸਾਡੇ ਟੀਚਰ ਮਤਲਬ ਪ੍ਰੋਜੈਕਟ ਰਿਸਰਚ ਪ੍ਰੋਜੈਕਟ ਲਈ ICAR ਨੂੰ ਅਪਲਾਈ ਕਰ ਸਕਦੇ। ਓਕੇ। ਸਾਡੇ ਸਟੂਡੈਂਟ ਫੈਲੋਸ਼ਿਪ ਲਈ ਸਟਾਈਪਨ ਲਈ ICAR ਨੂੰ ਮਤਲਬ ਅਪਲਾਈ ਕਰ ਸਕਦੇ ਜੀ। ਸਾਡੇ ਡਿਪਾਰਟਮੈਂਟ ਨੂੰ, ਟੀਚਰਸ ਨੂੰ, ਫੈਕਲਟੀ ਨੂੰ ਔਰ ਸਟੂਡੈਂਟਸ ਨੂੰ ICAR ਨਾਲ ਡਾਇਰੈਕਟਲੀ ਮਤਲਬ ਜਿਹੜੀ ਆ ਉਹ ਫੰਡਿੰਗ ਲਈ, ਪ੍ਰੋਜੈਕਟ ਲਈ, ਸਟਾਈਪਨ ਲਈ ਮਿਲਣ ਲਈ ਰਾਹ ਖੁੱਲ ਜਾਏਗਾ। ਇੱਕ ਤਾਂ ਇਹ ਬਹੁਤ ਵੱਡਾ ਫਾਇਦਾ ਸਾਡੇ ਡਿਪਾਰਟਮੈਂਟ ਦਾ। ਦੂਸਰਾ, ਅਸੀਂ ਇਹ ਵੀ ਸੋਚਦੇ ਹਾਂ ਖਾਲਸਾ ਕਾਲਜ ਆਪਦੀ ਸਟੈਂਡਰਡ 'ਤੇ ਖੜ੍ਹਾ, ਐਜੂਕੇਸ਼ਨ ਦੇ ਮਿਆਰ 'ਤੇ ਖੜ੍ਹਾ, ਅਤੇ ਸਾਨੂੰ ਸੀ ਵੀ ਅਸੀਂ ਸਾਡਾ ਇਹ 1917 ਦਾ ਐਗਰੀਕਲਚਰ ਦੀ ਡਿਗਰੀ ਸ਼ੁਰੂ ਹੋਈ ਅਤੇ ਇਹ ਡਿਪਾਰਟਮੈਂਟ ਸਭ ਤੋਂ ਓਲਡੈਸਟ ਡਿਪਾਰਟਮੈਂਟ ਆ PAU ਤੋਂ ਵੀ ਬਹੁਤ ਪੁਰਾਣਾ। ਸਾਡੇ ਬੜੇ ਵਾਈਸ ਚਾਂਸਲਰ ਬਣੇ ਹੋਏ ਆ PAU ਦੇ ਵਿੱਚ, ਬਹੁਤ ਲੰਮੀ ਲਿਸਟ ਆ ਸਾਡੀ। ਅਤੇ ਅਸੀਂ ਸੀ ਵੀ ਸਾਡਾ ਇਹ ਜਿਹੜਾ ਇੰਨਾ ਮਿਆਰੀ ਡਿਪਾਰਟਮੈਂਟ ਆ, ਬੜੀ ਅਸੀਂ 50 ਕਿੱਲੇ ਜ਼ਮੀਨ ਦਿੱਤੀ ਹੋਈ ਆ, ਸਾਡੇ ਪੋਲੀ ਹਾਊਸ ਆ, ਸਾਡੀ ਡੇਅਰੀ ਆ, ਸਾਡੀ ਨਰਸਰੀ ਆ, ਸਾਡਾ ਔਰਚਰਡ ਨੇ, ਸਾਡਾ ਹਾਰਟੀਕਲਚਰ ਆ, ਇੰਨਾ ਕੁਝ ਹੈ ਸਾਡੇ ਕੋਲ। ਅਤੇ ਸਾਡਾ ਡਿਪਾਰਟਮੈਂਟ ਮਤਲਬ ਉਹਦਾ ਸਟੈਂਡਰਡ ਤੇ ਲੋਕਾਂ 'ਚ ਤਾਂ ਹੀ ਪਤਾ ਲੱਗੇਗਾ ਨਾ ਜੇ ਅਸੀਂ ICAR ਤੋਂ ਮਤਲਬ ਪ੍ਰਵਾਨਗੀ ਲਵਾਂਗੇ। ਇਸ ਕਰਕੇ ਅਸੀਂ ਇੱਕ ਤਾਂ ਸਟੂਡੈਂਟਸ ਨੂੰ ਫਾਇਦਾ ਹੋਇਆ, ਇੱਕ ਇਹਦਾ ਦੇਖੋ ਜਿਹੜੇ ਤੁਸੀਂ ਤੁਹਾਡਾ ਦੂਜਾ ਸਵਾਲ ਸੀ ਵੀ ਇਹਦਾ ਕੀ ਪ੍ਰੋਸੀਜਰ ਸੀ ਇਹਦੇ, ਦੇਖੋ ਜਿਹੜੀ ਟੀਮ ਆਈ ਸੀ ਬੜੇ ਵੈਲ ਨੋਨ ਐਕਸਪਰਟ ਸੀ, ਉਹ ਐਗਰੀਕਲਚਰ ਡਿਪਾਰਟਮੈਂਟ ਦੇ ਡਿਫਰੈਂਟ ਸਟੇਟ ਦੇ ਵਿੱਚੋਂ ਸੀ ਜੀ। ਇਹਦੇ ਮੁੱਖ 8 ਕ੍ਰਾਈਟੇਰੀਆ, 8 ਕ੍ਰਾਈਟੇਰੀਏ ਦੇ ਅੱਗੇ ਕੁੱਲ ਸਭ ਉਹਨਾਂ ਦੇ ਜਿਹੜੇ ਕ੍ਰਾਈਟੇਰੀਏ ਨੇ ਉਹ ਕੋਈ 42 ਦੇ ਕਰੀਬ ਆ। ਉਹ ਮੇਨ ਇੱਥੇ ਵੀ ਜਿੰਨੇ ਸਬਜੈਕਟ ਆ ਉਨਿਆਂ ਦੇ ਰੈਗੂਲਰ ਟੀਚਰ ਹੈਗੇ, ਨੰਬਰ 1 ਕੀ ਫੈਕਲਟੀ ਇਹਨਾਂ ਕੋਲ ਹੈਗੀ, ਜੇ ਕਈ ਵਾਰੀ ਕੋਈ ਸਬਜੈਕਟ ਪਾਰਟ 3 ਚ ਆਉਂਦਾ, ਕੋਈ ਪਾਰਟ 4 ਚ ਆਉਂਦਾ, ਪਰ ਉਹ ਟੀਮ ਦੇਖਦੀ ਵੀ ਕੀ ਇਹਨਾਂ ਕੋਲ ਸਟੈਟ ਦਾ ਬੰਦਾ, ਐਗਰੀਕਲਚਰ ਸਟੈਟ ਦਾ, ਐਗਰੀਕਲਚਰ ਇੰਜੀਨੀਅਰਿੰਗ ਦਾ, ਮਤਲਬ ਜਿੰਨੇ ਵੀ ਸਬਜੈਕਟ ਨੇ ਉਹਨਾਂ ਦੀ ਇਹਨਾਂ ਕੋਲ ਗਿਣਤੀ ਵਾਈਜ਼ ਰੈਗੂਲਰ ਫੈਕਲਟੀ ਹੈਗੀ। ਨੰਬਰ 2 ਇਹਨਾਂ ਕੋਲ ਟੈਕਨੀਕਲ ਸਟਾਫ ਜਿਹੜਾ ਲੈਬਾਂ ਦਾ ਉਹ ਹੈਗਾ, ਹਿਊਮਨ ਰਿਸੋਰਸ 'ਤੇ ਨੰਬਰ 1 ਉਹਨਾਂ ਦਾ ਜੋ, ਮਤਲਬ 2 ਕ੍ਰਾਈਟੇਰੀਏ, ਟੈਕਨੀਕਲ ਸਟਾਫ ਐਂਡ ਟੀਚਰ ਫੈਕਲਟੀ। ਨੰਬਰ 3 ਇਨਫਰਾਸਟਰਕਚਰ ਦੇ ਤੌਰ 'ਤੇ ਵੀ ਕਲਾਸਰੂਮ ਇਹਨਾਂ ਕੋਲ ਔਰ ਜਿਹੜੇ ਐਜ ਪਰ ਦਾ ਸਿਲੇਬਸ ਇਹਨਾਂ ਕੋਲ ਉਨੀਆਂ ਲੈਬ ਹੈ, ਕਿਉਂਕਿ ਕਲਾਸ ਵਾਈਜ਼ ਸਬਜੈਕਟ ਵਾਈਜ਼ ਅਗਲੀਆਂ ਕਲਾਸਾਂ 'ਚ ਪਾਰਟ 2, 3, 4 ਚ ਸਿਲੇਬਸ ਵਾਈਜ ਲੈਬ ਵੀ ਹੋਰ ਚਾਹੀਦੀ, ਬਦਲ ਜਾਂਦੀ ਆ, ਅਤੇ ਇਸ ਕਰਕੇ ਉਹ ਫਿਰ ਸਾਰਾ ਕਿੰਨੀਆਂ ਲੈਬ ਨੇ ਉਹਦੀ ਬਕਾਇਦਾ ਗਿਣਤੀ, ਬਕਾਇਦਾ ਉਹਨਾਂ ਉਹਦੀ ਮਈਅਰਮੈਂਟ ਕੀਤੀ। ਫਿਰ ਅਗਲੀ ਗੱਲ, ਕਿਉਂਕਿ ਮੇਰਾ ਕਲਾਸ ਰੂਮ ਲੈਬ ਨਾਲ ਹੀ ਆ, ਵੀ ਇਹਨਾਂ ਕੋਲ ਲੇਟੈਸਟ ਜਿਹੜੇ ਸਮਾਰਟ ਰੂਮ ਕਲਾਸ ਰੂਮ ਕਿੰਨੇ, ਫਿਰ ਇਹਨਾਂ ਕੋਲ ਲੇਟੈਸਟ ਟੈਕਨੋਲੋਜੀ ਕਿੰਨੀ ਆ,
ਇਹ ਸਾਰੇ ਇਨਫਰਾਸਟ੍ਰਕਚਰ ਲੇਟੈਸਟ ਟੈਕਨੋਲੋਜੀ ਅਤੇ ਇਹ ਇਹ ਸਾਰੇ ਨੂੰ ਦੇਖਿਆ ਗਿਆ। ਫਿਰ ਸਾਰੇ ਨੂੰ ਸੀ ਵੀ ਸਾਡੀ ਫੈਕਲਟੀ ਦਾ ਮਤਲਬ ਰਿਸਰਚ ਵਰਕ ਉਹਨਾਂ ਦਾ ਸਟੈਂਡਰਡ ਕੀ ਆ, ਉਹਨਾਂ ਦੇ ਆਪਣਾ ਪਬਲਿਸ਼ ਵਰਕ ਕੀ ਆ, ਉਸ ਨੂੰ ਦੇਖਿਆ ਗਿਆ। ਫਿਰ ਸਪੋਰਟਿੰਗ ਸਿਸਟਮ ਨੂੰ ਦੇਖਿਆ ਗਿਆ, ਸਪੋਰਟਿੰਗ ਸਿਸਟਮ ਸਾਡੇ ਜਿਵੇਂ ਹੋਸਟਲ ਆ, ਗਰਾਊਂਡਾਂ ਆ, ਹੋਸਟਲ ਦੇ ਵਿੱਚ ਫੈਸਿਲਿਟੀ, ਇੰਟਰਨੈਟ ਦੀ ਆ, ਉੱਥੇ ਜਿਮ ਦੀ ਆ, ਜਿਮ ਓਪਨ ਜਿਮ ਆ, ਇਨਸਾਈਡ ਜਿਮ ਆ। ਫਿਰ ਇਹ ਸਾਰੀ ਫੈਸਿਲਿਟੀ ਦੇਖੀ ਗਈ ਹੋਸਟਲਾਂ 'ਚ, ਮਤਲਬ ਕੰਪਿਊਟਰ ਲਾਇਬ੍ਰੇਰੀ ਅਤੇ ਹੈਕ ਨਹੀਂ ਇਸ ਤਰ੍ਹਾਂ ਦੇ, ਉਹ ਸਾਰੀਆਂ ਚੀਜ਼ਾਂ ਦੇਖੀਆਂ ਗਈਆਂ। ਫਿਰ ਜਿਹੜੇ ਅੱਜ ਕੱਲ੍ਹ ਦੀ ਲੇਟੈਸਟ ਮਤਲਬ ਜਿਹੜਾ ਹੋਰ ਇਹਨਾਂ ਦੇ ਸਾਡੇ ਕ੍ਰੈਡੈਂਸ਼ੀਅਲ 'ਚ ਵੀ ਜਿਹੜੀ ਹੈਲਥੀ ਪ੍ਰੈਕਟਿਸ ਕੀ ਆ, ਹੈਲਥੀ ਪ੍ਰੈਕਟਿਸ ਜਿਵੇਂ ਸਾਡਾ ਔਰਗੈਨਿਕ ਮਤਲਬ ਫਾਰਮ ਆ, ਸਾਡਾ ਔਰਗੈਨਿਕ ਸਬਜ਼ੀਆਂ ਨੇ ਸਾਡੇ ਕੋਲ, ਮਤਲਬ ਔਰਗੈਨਿਕ ਮਤਲਬ ਕਮਾਦ, ਗੁੜ, ਜਰਗਰ ਸਬਜ਼ੀਆਂ, ਫਰੂਟ ਸਾਰਾ। ਫਿਰ ਸਾਡੇ ਪੋਲੀ ਹਾਊਸ ਪ੍ਰੋਟੈਕਟਿਵ ਖੇਤੀ ਜਿਹਨਾਂ ਨੂੰ ਕਹਿੰਦੇ ਹਾਂ ਵੀ ਬਿਨਾਂ ਕਿਸੇ ਸਪਰੇ ਤੋਂ, ਬਿਨਾਂ ਕਿਸੇ ਤੋਂ, ਉਹ ਸਾਰਾ ਕੁਝ ਆ। ਫਿਰ ਸਾਡੇ ਕੋਲ ਲੇਟੈਸਟ ਸਾਡੇ ਮੌਸਮ ਨੂੰ ਦੇਖਣ ਵਾਲੇ ਸਾਰੀ ਲੇਟੈਸਟ ਟੈਕਨੋਲੋਜੀ, ਉਹ ਸਾਰੇ ਕੁਝ ਸਾਰਾ ਮਤਲਬ ਸਾਡੇ ਕੋਲ ਮਈਰਮੈਂਟ ਸਾਰੇ। ਅਤੇ ਇਹ ਮਤਲਬ ਇੱਥੋਂ ਤੱਕ ਵੀ ਸਾਡੇ ਟੈਕਨੀਕਲ ਸਟਾਫ ਦੇ ਇਨਕਮ ਟੈਕਸ ਦੀਆਂ ਰਿਟਰਨਾਂ, ਉਹਨਾਂ ਦੇ ਅਕਾਊਂਟ, ਉਹਨਾਂ ਦੇ ਬੈਂਕ ਖਾਤੇ ਤੱਕ ਦੇਖੇ ਗਏ। ਫਿਰ ਉਹਨਾਂ ਦੀ ਇਨਕਮ ਟੈਕਸ ਰਿਟਰਨ ਤੱਕ ਦੇਖੀ ਗਈ ਵੀ ਸਾਰੇ। ਫਿਰ ਉਹਨਾਂ ਨੇ ਦੇਖਿਆ ਵੀ ਇਹ ਜਿਹੜੀ ਫਿਫਥ ਡੀਨ ਕਮੇਟੀ ਸੀ, ਜਿਹੜਾ ਕ੍ਰੈਡਿਟ ਬੇਸ ਸਿਸਟਮ ਆ, ਜਿਹੜੀ ELMI ਜਿਹੜੀ ELM ਆ, ਫੋਰਥ ਈਅਰ, ਹੁਣ ਸਾਡਾ ਫੋਰਥ ਈਅਰ ਦੇ ਵਿੱਚ ਸਾਡੇ ਕੋਈ ਕਲਾਸਰੂਮ ਸਟੱਡੀ ਨਹੀਂ, ਸਾਰਾ ਟ੍ਰੇਨਿੰਗ ਨੇ। ਇਲੈਕਟਿਵ ਸਬਜੈਕਟ ਦੇ ਹਿਸਾਬ ਸਾਰੇ ਬੱਚੇ ਸਾਡੇ ਟ੍ਰੇਨਿੰਗਾਂ 'ਤੇ ਜਾਂਦੇ ਅਤੇ ਸਾਡਾ ਕ੍ਰੈਡਿਟ ਬੇਸ ਸਿਸਟਮ ਆ ਵੀ ਕ੍ਰੈਡਿਟ ਦੇ ਵਿੱਚ ਅਸੀਂ ਬੱਚੇ ਨੂੰ ਮਤਲਬ ਸਾਡਾ ਐਗਜ਼ਾਮੀਨੇਸ਼ਨ ਸਿਸਟਮ ਸਾਰਾ ਵੰਡਿਆ ਹੋਇਆ। ਇੱਕ ਤਾਂ ICR ਨੇ ਇਹ ਜਿਹੜਾ ਕ੍ਰੈਡਿਟ ਬੇਸ ਸਿਸਟਮ ਆ, ELM ਆ, ਉਹਦੇ ਮੁਤਾਬਕ ਅਸੀਂ ਪਿਛਲੇ 3 ਸਾਲਾਂ ਤੋਂ ਸਾਡਾ ਸਾਰਾ ਹੀ ਜਿਹੜਾ ਸੀ ਉਹ ICR ਦੇ ਮੁਤਾਬਕ ਮਤਲਬ ਅਕੈਡਮਿਕਸ ਦੇ ਨੂੰ ਵਿੱਚ ਅਸੀਂ ਅਡੋਪਟ ਕੀਤਾ ਹੋਇਆ ਸੀ। ਫਿਰ ਨਾਲ ਹੀ ਸਾਡੇ ਉਹਨਾਂ ਵੱਖਰੇ ਤੌਰ 'ਤੇ ਸਾਡੇ ਮਤਲਬ ਸਟੂਡੈਂਟ ਨੂੰ ਵੈਲੂਏਟ ਕੀਤਾ ਗਿਆ, ਉਹਨਾਂ ਨਾਲ ਜਿਹੜੇ ਪ੍ਰੈਕਟੀਕਲ ਕਰਦੇ ਸੀ ਉਹਨਾਂ ਨਾਲ ਗੱਲਬਾਤ, ਫੀਡਬੈਕ ਲਈ ਗਈ, ਕਾਲਜ ਬਾਰੇ ਲਈ ਗਈ, ਕਾਲਜ ਦੀ ਸਟੱਡੀ ਬਾਰੇ ਲਈ ਗਈ, ਉਹਨਾਂ ਦੇ ਕਮੈਂਟ ਲੈ ਗਏ, ਉਹ ਸਾਰੇ ਕੋਈ ਨੂੰ ਦੇਖਿਆ ਗਿਆ। ਡੇਅਰੀ ਵਿੱਚ ਵਿਜ਼ਿਟ, ਕਮਰਸ਼ੀਅਲ ਡੇਅਰੀ ਆ ਸਾਡੀ, ਸਾਡਾ ਕਿਵੇਂ ਜਿਹੜਾ ਬੀ ਕੀਪਿੰਗ ਆ, ਇਹ ਸਾਰੇ ਕੋਈ ਨੂੰ ਦੇਖਿਆ ਗਿਆ। ਅਤੇ ਸਾਰੇ ਪਾਸਿਆਂ ਤੋਂ ਫਿਰ ਸਾਡੀ ਅਲੂਮਨੀ ਤੋਂ ਉਹਨਾਂ ਕਮੈਂਟ ਲੈ ਗਏ ਵੀ ਤੁਸੀਂ ਆਪਦੇ ਡਿਪਾਰਟਮੈਂਟ ਨੂੰ, ਐਗਰੀਕਲਚਰ ਨੂੰ, ਕਾਲਜ ਨੂੰ ਕਿਸ ਤਰ੍ਹਾਂ ਦੇਖਦੇ ਵੀ 4 ਚੁਫੇਰੇ ਦੀ ਉਹ 8 ਮੇਨ ਕਰਟੇਰੀਏ ਤੋਂ ਅੱਗੇ 42 ਸਬ ਕਰਟੇਰੀਏ ਤੋਂ ਸਾਨੂੰ ਵੈਲੂਏਟ ਕੀਤਾ ਗਿਆ। ਔਰ ਸਾਡੀ ਉਹਦੇ 'ਚ ਜਿਹੜੇ ਟੀਮ ਦੇ ਕਮੈਂਟ ਨੇ ਬੜੇ ਕਮੈਂਡੇਬਲ ਨੇ, ਬੜੇ ਪ੍ਰਸ਼ੰਸਾਮਈ ਨੇ ਅਤੇ ਅਸੀਂ ਬਹੁਤ, ਸਾਨੂੰ ਹੁਣ ਸੰਤੁਸ਼ਟੀ ਹੋਈ। ਨਹੀਂ ਤਾਂ ਸਾਡੇ ਲਈ ਫਿਕਰ ਵਾਲੀ ਗੱਲ ਸੀ ਵੀ ਸਾਡੇ ਬੱਚਿਆਂ ਨੂੰ ਬਾਹਰ ਕੋਈ ਇਸ ਤਰ੍ਹਾਂ ਕਹੇ ਵੀ ਤੁਹਾਡਾ ਇੰਸਟੀਚਿਊਟ ICR ਤੋਂ ਐਕਰੀਡੇਟਡ ਨਹੀਂ। ਔਰ ਸਾਨੂੰ ਖੁਦ ਨੂੰ ਮਹਿਸੂਸ ਹੋ ਰਿਹਾ ਸੀ ਵੀ ਜੇ ਖਾਲਸਾ ਕਾਲਜ ਦਾ ਐਗਰੀਕਲਚਰ ਡਿਪਾਰਟਮੈਂਟ ਐਕਰੀਡੇਟਡ ਨਹੀਂ ਤਾਂ ਫਿਰ ਪੰਜਾਬ 'ਚ ਹੋਰ ਕੌਣ ਹਿੰਮਤ ਕਰ ਸਕਦਾ ਹੈ, ਸਾਡੇ ਕੋਲ ਇੰਨਾ ਕੁਝ ਆ। ਸਾਡੀ ਮੈਨੇਜਮੈਂਟ ਬਹੁਤ ਵਿਜ਼ਨਰੀ ਆ ਔਰ ਉਹਨਾਂ ਨਾਲ ਜਦੋਂ ਗੱਲ ਕੀਤੀ ਉਹਦੇ ਬਿਲਕੁਲ ਤੁਹਾਡਾ ਇਹ ਡਿਪਾਰਟਮੈਂਟ
ਮਤਲਬ ਵਰਲਡ ਕਲਾਸ ਹੋਣਾ ਚਾਹੀਦਾ ਹੈ, ਜੋ ਕੋਈ ਨੈਸ਼ਨਲ ਲੈਵਲ 'ਤੇ ਇੱਕ ਸਾਡੇ ਹੁਣ ਐਗਰੀਕਲਚਰ ਡਿਪਾਰਟਮੈਂਟ ਨੂੰ ਨੈਸ਼ਨਲ ਲੈਵਲ 'ਤੇ ਉਹਦੀ ਐਕਸੈਪਟੈਂਸ ਮਾਨਤਾ ਮਿਲ ਗਈ ਆ। ਇਹ ਸਾਡੇ ਵਿਦਿਆਰਥੀਆਂ ਨੂੰ ਜਦੋਂ ਮਤਲਬ ਇਹ ਬਾਹਰ ਜਾਣਗੇ ਅਤੇ ਇਹ ਦੱਸ ਸਕਣਗੇ ਵੀ ਸਾਡਾ ਡਿਪਾਰਟਮੈਂਟ ਆਈ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਤੋਂ ਅਪਰੂਵਡ ਆ, ਔਰ ਈਵਨ ਇਹ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਐਗਰੀਕਲਚਰ ਦੀ ਸਟੱਡੀ ਹੋਏਗੀ ਸਾਡੀ ਨੈਸ਼ਨਲ ਰੀਜਨਲ ਤੋਂ ਨੈਸ਼ਨਲ ਮਾਨਤਾ ਨੂੰ ਜਿਹੜੀ ਇੰਟਰਨੈਸ਼ਨਲ ਵੈਲਿਊ ਦੇ ਵਿੱਚ ਵੀ ਬੱਚਿਆਂ ਨੂੰ ਬਹੁਤ ਉਹਦਾ ਫਾਇਦਾ ਹੋਏਗਾ। ਸਾਨੂੰ ਬਹੁਤ ਇਹ ਸਾਡੇ ਲਈ ਸੰਤੁਸ਼ਟੀ ਵਾਲੀ ਗੱਲ ਆ ਵੀ ਸਾਡੇ ਬੱਚਿਆਂ ਦੀ ਡਿਗਰੀ ਦਾ ਮੁੱਲ ਕ੍ਰੈਡਿਟ ਵੱਧ ਜਾ ਵੱਧ ਗਿਆ। ਬਿਲਕੁਲ, ਜਿਵੇਂ ਤੁਸੀਂ ਸਰ ਨੂੰ ਸੁਣਿਆ ਹੈ ਕਿ ਬਹੁਤ ਔਖਾ ਜਿਹੜਾ ਇਹ ਲੈਵਲ ਸੀ ਜਿਹਨੂੰ ਖਾਲਸਾ ਕਾਲਜ ਐਗਰੀਕਲਚਰ ਡਿਪਾਰਟਮੈਂਟ ਨੇ ਪਾਰ ਕੀਤਾ ਹੈ ਅਤੇ ਮਾਨਤਾ ਮਿਲੀ ਹੈ। ਇਸ ਲਈ ਤੁਸੀਂ ਸਾਰੇ ਸਟੂਡੈਂਟ ਵੀ ਵਧਾਈ ਦੇ ਪਾਤਰ ਹੋ, ਪੂਰਾ ਖਾਲਸਾ ਕਾਲਜ ਅਤੇ ਸਰ 'ਤੇ ਹੈ ਹੀ ਵਧਾਈ ਦੇ ਪਾਤਰ। ਸਰ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਧੰਨਵਾਦ।